ਮਿੱਤਰ ਕੀ ਹਾਲ ਚਾਲ, ਆਪਾਂ ਬਹੁਤ ਦਿਨਾਂ ਬਾਅਦ ਆ ਗਏ ਆਈਫੋਨ 'ਚ ਵਲੌਗ ਬਣਾਉਣ ਲਈ, ਅਤੇ ਆਪਾਂ ਇੱਕ ਚੈਲੰਜ ਸ਼ੂਟ ਕਰ ਲਈ ਇੰਸਟਾ ਰੀਲ ਰਿਐਕਟ ਅਤੇ ਬਾਬਿਓ, ਅਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸ਼ਾਇਦ ਲਿੰਕ ਹੋਏਗਾ, ਇਹ ਨਹੀਂ ਪਤਾ ਉਹ ਵੀਡੀਓ ਪਹਿਲਾਂ ਆ ਜਾਈ ਆਏ ਵਾਲੀ, ਅਤੇ ਜਦੋਂ ਵੀ ਆਏਗੀ ਚਲੋ ਤੁਹਾਨੂੰ ਦੱਸ ਦਾਂਗੇ, ਅਤੇ ਬਾਬਿਓ ਇੱਧਰ ਵੀ ਦੱਸਦੇ ਹੋਣੇ ਚੈਲੰਜ ਬਾਰੇ ਜਿਹੜਾ ਉਹਨੇ ਸ਼ੂਟ ਕਰ ਰਹੇ ਸੀ, ਉਹ ਅੱਧਾ ਰਹਿ ਗਿਆ ਯਾਰ ਚੈਲੰਜ ਸਾਡਾ ਕੈਮਰਾਮੈਨ ਭਰਾ ਆ ਇੱਧਰ ਆ ਬਾਈ ਤੂੰ ਵੀ ਚੀ ਪਟਾਖ ਦਮ ਪੁਖਤ ਕੜਿੰਬਾ ਉਰਲੂ ਸ਼ਕ ਸ਼ਿੰਬਾ ਬਾਬੇ ਦਾ ਯਾਰ ਸਿਰ ਖਪਾਈ ਕਰ ਦੇਣਾ ਜੀ, ਫਿਰ ਅੱਕ ਕੇ ਛੱਤ 'ਤੇ ਆ ਗਏ, ਅਤੇ ਆਪਾਂ ਏ ਸੀ ਵੀ ਲਵਾਇਆ ਸੀ, ਇਹਦੀ ਵੀ ਕਲਿੱਪਾਂ ਸੀ, ਚਲੋ ਫਿਰ ਐਡ ਕਰ ਦਿੰਦੇ ਪਹਿਲਾਂ ਉਹ ਕਲਿੱਪਾਂ ਵੇਖ ਲਓ, ਫਿਰ ਅੱਗੇ ਦਾ ਵਲੌਗ ਅਦੋਂ ਕੰਟੀਨਿਊ ਕਰਦੇ ਹਾਂ। ਆਈਫੋਨ ਦੀ ਚਾਬੀ ਉਹ ਆਈਫੋਨ ਕਹਿ ਰਿਹਾ ਆਪਣੇ ਜਿਹੜਾ ਆਹ ਗਿੰਬਲ ਏ, ਇਹ ਤੁਸੀਂ ਸ਼ਾਇਦ ਪਿਛਲੀ ਵੀਡੀਓ 'ਚ ਸ਼ਾਇਦ ਵੇਖਿਆ ਹੋਣਾ, ਅਤੇ ਉਹ ਨਹੀਂ ਪਤਾ ਉੱਥੋਂ ਪਿਛਲੀ ਵਾਰੀ। ਹਾਂਜੀ ਬਾਈ ਦੱਸ ਮੈਨੂੰ ਯਾਰ, ਤੂੰ ਦੱਸ ਨਹੀਂ ਦੇ ਰਿਹਾ ਹੁਣ ਮਾੜਾ ਸਿੱਧਾ ਕਰੀ ਦੱਸਾਂਗੇ ਪੈਸੇ ਇੱਕ ਦੋ ਤਿੰਨ ਘੰਟੇ ਹੋ ਗਏ ਲਿਆਏ ਨੇ ਫਿਟਿੰਗ ਵਾਲੇ ਬੰਦੇ, ਹਾਲੇ ਫਿਕਰ ਤਾਂ ਨਹੀਂ ਆਏ, ਕਦੀ ਕਹਿ ਰਹੇ ਨੇ ਆ ਰਿਹਾ ਆ ਹੀ ਨਹੀਂ ਰਿਹਾ, ਹਾਲੇ ਜਦੋਂ ਆਉਣਗੇ ਫਿਰ ਤੁਹਾਨੂੰ ਵਿਖਾਵਾਂਗੇ, ਅਤੇ ਮਾੜਾ ਛੂਣੀਆਂ ਜਾ ਕੇ ਤਾਂ ਮਾੜਾ ਜਿਹਾ ਸਮਾਨ ਜਿਹਾ ਲਿਆਉਣਾ, ਅਤੇ ਉਹ ਵੀ ਤੁਹਾਨੂੰ ਵਿਖਾਵਾਂਗੇ ਕੀ ਲਿਆਉਣਾ। ਚਲੋ ਫਿਰ ਆਪਾਂ ਜੇ ਫਿਟਿੰਗ ਕਰਨ ਦੇ ਟਾਈਮ ਤੁਹਾਨੂੰ ਮਿਲਦੇ ਅਤੇ ਬਾਬੇ ਹੋ, ਅਤੇ ਹੁਣ ਆਪਾਂ ਜਾ ਰਹੇ ਹਾਂ। ਹਾਂਜੀ ਤੁਹਾਡਾ ਮੂੰਹ ਐਵੇਂ ਤਾਂ ਕਿਉਂ ਬਣ ਗਿਆ? ਸਾਡਾ ਫੋਨ ਭੁੱਲਦਾ ਇਹਦੇ 'ਚ ਬਣਾ ਲਈ। ਚਲੋ ਇਹ ਵੀ ਅੱਜ ਇਹ 'ਤੇ ਵਲੌਗ ਬਣਾਏਗਾ, ਕੀ ਪਤਾ ਆਪਾਂ ਇਹਦੀ ਕਲਿੱਪਾਂ ਨੂੰ ਨਾ ਸੈਂਡ ਕਰੀਏ, ਆਪਾਂ ਬੋਧੇ ਦੀ ਕਲਿੱਪਾਂ ਯੂਜ ਕਰ ਲਈਏ। ਚਲੋ ਫਿਰ ਪਿੱਛੇ ਬਹੁਤ ਜ਼ਿਆਦਾ ਆਵਾਜ਼ ਵੀ ਆ ਰਹੀ ਹੋਏਗੀ, ਚਲੋ ਫਿਰ ਤੁਹਾਨੂੰ ਜਾ ਕੇ ਮਿਲਦੇ ਸੋਹਣੀ, ਕਿਉਂਕਿ ਆਪਣਾ ਕਲਿੱਪਾਂ ਵਾਲਾ ਕੀ ਬਣਾਏਗਾ ਨਹੀਂ ਉੱਥੇ, ਅਤੇ ਆਪਾਂ ਵੀ ਆਉਂਦੇ। ਚਲੋ ਫਿਰ ਭਾਈ ਸਮਝ ਆਉਣਾ ਫਾਲੋ ਇਹਨੂੰ ਵੀਰੇ ਫਾਲੋ।